ਸਤਿ ਸ਼੍ਰੀ ਅਕਾਲ ਬੀਬੀ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਬੀਬੀ ਜੀ? ਠੀਕ ਹੈ ਜੀ। ਠੀਕ ਠਾਕ ਹੋ? ਹਾਂਜੀ ਬੀਬੀ। ਤੁਹਾਡਾ ਨਾਂ ਕੀ ਹੈ? ਮੇਰਾ ਨਾਂ ਪੇਕਿਆ ਦਾ ਗਿਆਨੋ ਹੈ। ਗਿਆਨੋ? ਹਾਂਜੀ। ਗਿਆਨ ਕੌਰ? ਨਹੀਂ ਸਾਡੇ ਗਿਆਨੋ ਹੀ ਬਸ ਚੱਲਦਾ ਸੀ। ਠੀਕ। ਲਾਜਵੰਤੀ ਉਧਰ ਇਹਨਾਂ ਸਹੁਰਿਆਂ ਦਾ ਲਾਜਵੰਤੀ? ਹਾਂਜੀ। ਇਹ ਕਿਉਂ ਬਦਲ ਦਿੰਦਾ? ਪਹਿਲਾਂ ਲੋਕੀ ਬਦਲਦੇ ਹਨ, ਹੁਣ ਤੇ ਛੱਡ ਗਏ ਨੇ। ਪੇਕੇ ਵਾਲਾ ਨਾਂ ਪਸੰਦ ਨਹੀਂ ਆਉਂਦਾ ਹੁਣ? ਹਾਂ, ਸਹੁਰਿਆਂ ਨੇ ਬਦਲ ਦੇਣਾ। ਅੱਛਾ, ਠੀਕ ਠੀਕ। ਅੱਛਾ, ਤੁਹਾਡਾ ਜਨਮ ਕਿੱਥੇ ਹੋਇਆ? ਸਾਡਾ ਜਨਮ ਮਾਂਗੇ। ਮਾਂਗਾ? ਹਾਂਜੀ। ਇਹ ਕਿੱਥੋਂ ਕੁ ਪੈਂਦਾ ਸੀ? ਮਾਂਗਾ ਲਾਹੌਰ ਦੇ ਨਾਲ ਪੈਂਦਾ ਸੀ, 20-25 ਕਿਲੋਮੀਟਰ ਦਾ ਗਾ ਲਾਹੌਰ ਦੇ ਕੋਲ। ਇਹਦੇ ਆਸ ਲਾਲ ਚੇਤੇ ਹੈ ਪਿੰਡ ਕਿਹੜੇ ਕਿਹੜੇ ਸਨ? ਇੰਨਾ ਨਹੀਂ ਪਤਾ ਚੇਤਾ। ਇੱਧਰ ਡੇਰਾ ਬਾਬਾ ਨਾਨਕ ਹੁੰਦਾ ਸੀ ਲਾਗੇ ਮਾਂਗੇ ਦੇ ਕੋਲ, ਆਸ ਪਾਸ ਸਾਈਡ 'ਤੇ ਬੜਾ ਮਸ਼ਹੂਰ ਗੁਰਦੁਆਰਾ ਹੈ ਕਰਤਾਰਪੁਰ ਸਾਹਿਬ। ਆਹ ਕਰਤਾਰ 'ਚ ਨਨਕਾਣਾ ਸਾਹਿਬ। ਅੱਛਾ, ਨਨਕਾਣਾ ਸਾਹਿਬ ਹੁੰਦਾ ਸੀ ਮਸ਼ਹੂਰ? ਕਿਸ ਪਾਸੇ? ਲਾਹੌਰ ਜ਼ਿਲ੍ਹੇ ਦਾ ਇਹਦੀ ਤਸੀਲ ਵੀ ਲਾਹੌਰ ਸੀ? ਬੜਾ ਵੱਡਾ ਪਿੰਡ ਸੀ, 7 ਪਿੰਡ ਮਾਂਗਾ ਪਾਉਂਦਾ ਹੁੰਦਾ ਸੀ। ਹਾਂਜੀ। ਕੀ ਖਵਾਉਂਦਾ ਸੀ? 7 ਪਿੰਡ ਸੀ ਉਹਦੇ ਨਾਲ ਲੱਗਦੇ ਨਾ। ਹਾਂ ਹਾਂ। ਤੇ ਤਾਂ ਇਹ ਖਵਾਉਂਦੇ ਮਿੰਨਾ ਚ। ਅੱਛਾ, ਮਾਂਗਾ। ਉਦੋਂ ਤੁਹਾਡੀ ਉਮਰ ਕਿੰਨੀ ਸੀ? ਉੱਥੇ ਮੈਨੂੰ ਨਹੀਂ ਪਤਾ, ਮਾਂ ਰਹੀ ਪਿਓ ਨਾ ਡਰ, ਸਾਨੂੰ ਕੀ ਪਤਾ ਹੀ। ਸੰਭਾਲ ਲਿਆ ਸੀ ਉਦੋਂ ਥੋੜ੍ਹੀ ਬਤੀ? ਨਾ ਨਾ, ਮਾਂ ਮੈਂ ਸਾਡੀ ਮੈਂ 2-2.5 ਸਾਲ ਦੀ ਸੀ ਉਦੋਂ ਮਰ ਗਈ। ਮਰ ਗਈ ਸੀ? ਹਾਂ। ਨਹੀਂ, ਜਦੋਂ ਮੇਰਾ 1.5 ਸਾਲ ਦਾ ਸੀ ਤੇ ਮੈਂ 2 ਸਾਲ ਜਦੋਂ ਪਾਕਿਸਤਾਨ ਬਣਿਆ ਉਦੋਂ ਉਹਨਾਂ ਦੀ ਸੰਭਾਲ ਹੈ? ਇੰਨੀ ਕਿ ਸਾ ਇੰਨੀ। ਅੱਛਾ, ਤੁਹਾਡੇ ਬਾਪੂ ਦਾ ਕੀ ਨਾਂ ਸੀ? ਲਾਲਦਾਸ। ਲਾਲਦਾਸ? ਲਾਲਦਾਸ। ਦਾਦੇ ਦਾ? ਚਾਚੇ ਦਾ ਰਾਮ ਚੰਦਰ। ਦਾਦੇ ਦਾ? ਦੋਈ ਭਰਾ ਦਾ। ਚਾਚੇ ਦਾ ਰਾਮ ਸਿੰਘ, ਦਾਦੇ ਦਾ ਕੀ ਨਾਂ ਸੀ? ਭਗਵਾਨ ਦਾਸ। ਭਗਵਾਨ ਦਾਸ। ਤੁਹਾਡੀ ਬਰਾਦਰੀ ਕਿਹੜੀ ਹੈ? ਬਾਵੇ ਮਹੰਤ। ਮਹੰਤ ਬਾਵੇ? ਇਹ ਕਿਹਨਾਂ 'ਚ ਪੈਂਦੇ? ਬ੍ਰਾਹਮਣ 'ਚ ਪੈਂਦੇ ਖੱਤਰੀਆਂ 'ਚ? ਬ੍ਰਾਹਮਣ ਸਾਡਾ ਵੱਖਰਾ, ਅਸੀਂ ਮਤਲਬ ਗੁਰੂਆਂ 'ਚ ਆ ਜਾਂਦੇ ਹਾਂ। ਨਾਨਕੇ ਘੋੜੀਆਂ ਤੇ ਲੋਕੀ ਆਉਂਦੇ ਸੀ, ਮੋਟਰ ਧੁੰਦਿਆਂ ਸੀ ਤੇ ਘੋੜਿਆਂ ਤੇ ਚੜ੍ਹਨਾ, ਘੋੜਿਆਂ ਤੇ ਆ ਜਾਣਾ, ਉੱਥੋਂ ਨੇੜੇ ਸੀ ਨਾ। ਅੱਛਾ। ਹਾਂ, ਜਦੋਂ ਅਸੀਂ ਪਾਕਿਸਤਾਨ ਨਿਕਲਿਆ ਤੇ ਬਾਰਡਰ ਪਾਰ ਕੇ ਪੱਟੀ ਦਾ ਬਾਰਡਰ ਪਾਰ ਕਰਕੇ ਉੱਥੇ ਆ ਕੇ ਰਹੇ। ਅੱਛਾ, ਕਿੱਡਾ ਕੁ ਵੱਡਾ ਪਿੰਡ ਸੀ ਤੈਨੂੰ ਥੋੜ੍ਹਾ ਬਹੁਤ ਚੇਤੇ ਹੋਣਾ? ਮਾਂਗਾ ਬਹੁਤ ਵੱਡਾ ਸੀ, 7 ਪੱਤੀਆਂ ਹਨ ਮਾਂਗੇ ਦੀਆਂ, ਬਹੁਤ ਵੱਡੀਆਂ ਪੱਤੀਆਂ ਹਨ। ਕਿ ਨੰਬਰਦਾਰ ਦਾ ਨਾਂ ਚੇਤੇ ਹੈ? ਨਹੀਂ ਨਹੀਂ, ਇੰਨਾ ਨਹੀਂ ਚੇਤੇ। ਤੇ ਬਾਕੀ ਹੋਰ ਜਿਹੜੇ ਰਹਿੰਦੇ ਸਨ ਲੋਕ, ਕੋਈ ਨਾਂ ਚੇਤੇ ਉਹਨਾਂ ਦੇ? ਨਹੀਂ ਪੁੱਤਰ, ਮੈਂ ਪਾਕਿਸਤਾਨ 'ਚ ਕੌਣ ਘਰੋਂ ਬਾਹਰ ਨਿਕਲ ਦਿੰਦਾ ਹੁੰਦਾ ਸੀ, ਧੀਆਂ ਨੂੰ ਬਾਹਰ ਹੀ ਨਿਕਲ ਦਿੰਦੇ, ਸਾਨੂੰ ਤਾਂ ਉਹਦੇ ਨਾਲੇ ਬਿਲਕੁਲ ਨਹੀਂ ਨਿਕਲ ਦਿੰਦੇ ਹੁੰਦੇ। ਜੱਟਾਂ ਦਾ ਤੇਲ ਸੀ ਬੜਾ ਭਾਰਾ, ਆਪਣਾ ਜੱਟ ਵੀ ਆਇਆ ਸਨ, ਜੱਟ ਬੜੇ ਸਨ ਬਾਵੇ ਤੇ ਅਸੀਂ ਇੱਕ ਤੋਂ ਘਰ ਵਿੱਚ ਤੇ ਮਨ ਤੇ ਆਖਦੇ ਹੁੰਦੇ ਹਨ, ਅਸੀਂ ਦੂਜਾ ਘਰ ਡੇਰਾ ਥੋੜ੍ਹੇ ਸਾਡਾ, ਅਸੀਂ ਤਾਂ ਵਾਹੀ ਕਰਦੇ ਹੁੰਦੇ ਸਨ। ਅੱਛਾ, ਉੱਥੇ ਵਾਹੀ ਵੀ ਸੀ? ਵਾਹੀ ਕਰਦੇ, ਹੁਣ ਵੀ ਮੇਰਾ ਪੇਕ ਜਿੱਥੇ ਚਾਚੇ ਦੇ ਮੁੰਡੇ ਬੈਠੇ ਨੇ ਵਾਹੀ ਕਰਦੇ ਨੇ। ਕਿੱਥੇ ਬੈਠੇ ਇੱਥੇ ਆ ਕੇ? ਇਹ ਬਰਨਾਲੇ ਦੇ ਕੋਲ ਪੇਕੇ ਤੁਹਾਡੇ? ਹਾਂਜੀ, ਚਾਚੇ ਦੇ ਮੁੰਡੇ। ਕਿਹੜਾ ਪਿੰਡ? ਸ਼ਹਿਣਾ। ਪਧੌੜ ਹੰਡਿਆਇਆ, ਪਧੌੜ ਹੰਡਿਆਇਆ ਦੇ ਕੋਲ। ਕੀ ਨਾਂ ਭਰਾਵਾਂ ਦੇ? ਏਕਣਾ ਦਾ ਸਾਧੂ ਰਾਮ ਹੈ, ਏਕਣਾ ਦਾ ਮੰਗਲ ਹੈ। ਤੁਹਾਡੇ ਨਾਲ ਵੱਡੇ ਨੇ? ਨਹੀਂ,
छोटे ने ठीक है। तो जो पाकिस्तान बनया 1947 च किवें आए किवें उठे पिंडो को संभाल थोड़ी थोड़ी धक्के खा के फिर सामने आए पुत्र राज वढ़ वढ़ बथेरी होंगी सी साढ़े सामने तरफाना च वढ़ वढ़ के थे अगले खोल दिता खूह चे नहर में पानी भी ना पीन लोग बहुत बुरा हाल होया सी उदो मुसलमान बहुत चंगे सन मुसलमान बिच पैंदे बाहरों आउंदे सी ना ओह पैंदे सन जिन जिहड़े साडे नाल रहिंदे सी ना ओह भैण भरावां दा वरतदे होंदे सन मतलब उहनां व्याहां शादियां सी उहनां दे घर दा खांदे ते नहीं सन ओह सुक्का राशन दे के जांदे सन तुहानूं फिर तुसीं आपे बना लो घिओ दे ना खंड दे जानी जो उहनां बनाउणे चौल चल दे जाने फिर तुसीं खाओ व्याह दा जरूर तो भाजियां रखियां होंदियां इह जदों फिर पाकिस्तान बणिआ ते मेरे चाचे दीआं सारीआं 8-9 हन जवान ਉਹ ਪਹਿਲਾਂ ਮਾਤਕ ਲਿਆਉਣ ਸੀ ਸਾਰੇ ਤੋਂ ਅੱਗੇ ਸੀ ਬਾਬਾ ਪਿੰਡ ਦਾ ਫਿਰ ਉਹ ਸਾਨੂੰ ਲਾਹੌਰ ਤੱਕ ਛੱਡ ਕੇ ਜਾਏ ਮੁਸਲਮਾਨ ਤੁਹਾਡੇ ਪਿੰਡ ਵਾਲੇ ਸਾਡੇ ਪਿੰਡ ਵਾਲੇ ਕੋਈ ਤੁਹਾਨੂੰ ਰਾਹ 'ਚ ਕੁਛ ਕਹੇ ਨਾ ਕੋਈ ਵੀ ਬਹੁਤ ਚੰਗੇ ਹੁੰਦੇ ਹਨ ਇਹ ਨਾ ਮਗਰੋਂ ਗੌਰਮੈਂਟ ਨੇ ਖਰਾਬੀ ਕੀਤੀ ਭੈਣ ਭਰਾਵਾਂ ਤੱਕ ਮੁਸਲਮਾਨ ਰਹਿੰਦੇ ਹੁੰਦੇ ਹਨ ਪਤਾ ਕੀ ਕਹਿਣਾ ਕੋਈ ਨਾਂ ਚੇਤੇ ਕਿਸੇ ਮੁਸਲਮਾਨ ਦਾ ਤੁਹਾਡੀ ਪੂਰੀ ਹਿਫਾਜ਼ਤ ਕੀਤੀ ਹੈ ਰੌਲਿਆਂ ਚ ਉਹਨਾਂ ਨੇ ਲਾਹੌਰ ਤੱਕ ਛੱਡ ਕੇ ਗਏ ਹਨ ਤੁਹਾਡੇ ਪਿੰਡ ਦੇ ਕੋਈ ਰਹਿ ਵੀ ਗਿਆ ਉੱਥੇ ਨਹੀਂ ਸਾਡੇ ਪਿੰਡ ਸਾਰੇ ਆ ਗਏ ਸਾਡੇ ਜਿਹੜੇ ਚਾਚੇ ਦੇ ਸਹੁਰੇ ਚਾਚੇ ਸਹੁਰੇ ਨਾ ਉਹ ਦੋ ਪਿਓ ਪੁੱਤਰ ਰਹਿ ਗਏ ਤੇ ਉਹਨਾਂ ਦੀ ਕੁੜੀ ਰਹਿ ਗਈ ਸੀ ਉੱਥੇ ਜਿਹੜੀ ਨਹੀਂ ਇੱਧਰ ਆ ਕਿਹੜੇ ਪਿੰਡ ਮੱਟ ਕਲਿਆਣ ਮੱਟ ਕਲਿਆਣ ਇਹ ਕਿੱਥੇ ਪੈਂਦਾ ਸੀ ਸਾਡੇ ਪਿੰਡ ਦਰਿਆ ਸੀ ਨਾ ਬੁੱਢਾ ਦਰਿਆ ਜੀ ਵੀ ਇੱਧਰੋਂ ਹੀ ਆਉਂਦਾ ਉਹ ਪਾਰ ਕਰਕੇ ਬੇੜੀ ਤੋਂ ਜਾਈਦਾ ਸੀ ਚਾਚੇ ਦੇ ਸਹੁਰਿਆਂ ਨੂੰ ਤੇ ਉੱਥੇ ਸੀ ਉਹ ਮਤਲਬ ਤੇ ਉਹ ਤਿੰਨ ਰਹਿ ਗਏ ਇੱਕ ਵੱਡੀ ਕੁੜੀ ਦੋ ਪਿਓ ਪੁੱਤਰ ਉਹਨਾਂ ਫਿਰ ਉੱਧਰ ਹੀ ਵਿਆਹ ਕਰ ਲਿਆ ਉੱਧਰ ਹੀ ਉਹ ਕੀ ਨਾਂ ਉਹਨਾਂ ਦੇ ਨਾ ਪਤਾ ਨਹੀਂ ਵੱਡੀ ਦਾ ਮੈਂ ਨਾਂ ਪਤਾ ਨਹੀਂ ਉਹ ਵੀ ਬਾਵੇ ਸਨ ਹਾਂ ਤੇ ਸਹੁਰੇ ਉਹਦੇ ਇੱਧਰ ਸਨ ਅੱਜ ਗਾਵਾਂ ਹੈ ਬਟਾਲੇ ਦੇ ਅਗਲੇ ਪਾਸੇ ਹਾਂਜੀ ਗਾਵੇਂ ਦੇ ਸਹੁਰੇ ਇੱਧਰ ਸਨ ਉਹ ਵਿਚਾਰੇ ਫਿਰ ਕੁੜੀਆਂ ਜਿਹੜੀਆਂ ਸੀ ਮਾਂ ਜਿਹੜੀ ਸੀ ਉਹ ਪੇਕਿਆ ਘਰ ਆ ਗਈ ਨਹੀਂ ਵੀ ਤਾਂ ਫਿਰ ਜ਼ਮੀਨ ਜਿਹੜੀ ਸੀ ਉਹਨਾਂ ਦੀ ਬਹੁਤ ਸੀ 500 ਕਿੱਲਾ ਜ਼ਮੀਨ ਸੀ ਪਰ ਜ਼ਮੀਨ ਨਹੀਂ ਉਹਨੇ ਰੱਖੀ ਆਪ ਰਹਿ ਗਿਆ ਉੱਧਰ ਕਿਉਂਕਿ ਪਾਕਿਸਤਾਨ 'ਚ ਤੁਹਾਨੂੰ ਲੋਕਾਂ ਦੀ ਜ਼ਮੀਨ ਕਰਕੇ ਨਹੀਂ ਆਏ ਹੋ ਨਹੀਂ ਜ਼ਮੀਨ ਤਾਂ ਲਾਟਮੈਂਟ ਇੱਧਰ ਹੋ ਗਈ ਉਹਨਾਂ ਨੇ ਰੱਖੀ ਨਹੀਂ ਵੀ ਮੇਰੇ ਵਾਲ ਪੈ ਕਿਉਂ ਜਾਂਦੀ ਸੀ ਜ਼ਮੀਨ ਜਾਣਦੇ ਹੋ ਕਿੱਦਾਂ ਜਾਂਦੀ ਹੈ ਉਹ ਖਾਣਗੇ ਅੱਛਾ ਜ਼ਮੀਨ ਆ ਗਈ ਇੱਧਰ ਜ਼ਮੀਨ ਆ ਗਈ ਪਰ ਮਗਰੋਂ ਖੁੱਸ ਗਈ ਮਗਰੋਂ ਲੋਕਾਂ ਆ ਪਾਕਿਸਤਾਨ ਜੇ ਆਏ ਹਾਂ ਅਸੀਂ ਤਾਂ ਫਿਰ ਜਿਹੜੇ ਗਏ ਨੇ ਅਦਾਰਿਆਂ ਦੀ ਪੈਲੀ ਬਣੀ ਇਹ ਨਹੀਂ ਰਹੀ ਸਾਰਿਆਂ ਲੋਕਾਂ ਦੀ ਭਾਈ ਸੌ ਘੁਮਾ ਸੀ ਜਿਹਨਾਂ ਦੀ ਸੌ ਘੁਮਾ ਸੀ ਸਾਡੀ ਆਪਣੀ ਨਿਕਲ ਗਈ ਅਸੀਂ ਕਰਨਾ ਸਾਡੀ ਆਪਣੀ ਕਰਨਾ ਤੁਹਾਡੀ ਵੀ ਨਿਕਲ ਗਈ ਸਾਡੀ ਵੀ ਨਿਕਲ ਗਈ ਉੱਥੇ ਕਿੰਨੀ ਸੀ ਪਾਕਿਸਤਾਨ ਪਤਾ ਨਹੀਂ ਪਾਕਿਸਤਾਨ ਕਿੰਨੀ ਤੇ ਮੇਰਾ ਵਿਆਹ ਇੱਥੇ ਆ ਕੇ ਹੋਇਆ ਅਤੇ ਇਹ ਜਿਹੜੀ ਫਿਰ ਪਾਕਿਸਤਾਨੋਂ ਆ ਕੇ ਇੱਥੇ ਪਈ ਸਾਨੂੰ ਇਹ ਫਿਰ 22-23 ਕਿੱਲੇ ਸੀ ਉਹ ਨਿਕਲ ਗਈ ਉਹਦੀ ਕਿਹੜੇ ਪਿੰਡ ਪਈ ਸੀ ਪਾਕਿਸਤਾਨ ਆ ਕੇ ਤੁਹਾਡੇ ਪੇਕੇ ਨੂੰ ਵੀ ਇੱਥੇ ਪਈ ਸੀ ਨਹੀਂ ਨਹੀਂ ਉਹ ਪੈਦਲ ਸਨ ਅਰਦਾਸ ਹੈ ਆ ਬੜਾ ਇੱਧਰ ਬਟਾਲੇ ਵਾਲੇ ਪਾਸੇ ਦਾ ਪਿੰਡ ਤੁਹਾਡੇ ਸਹੁਰਿਆਂ ਨੂੰ ਪਈ ਇੱਥੇ ਫਤਿਹਗੜ੍ਹ ਬੜਾ ਭੈੜਾ ਪਿੰਡ ਹੁੰਦਾ ਸੀ ਫਤਿਹਗੜ੍ਹ ਸਵਰ ਨੇਰੀ ਰੇਤਾ ਹੁੰਦੀ ਸੀ ਲੰਘਿਆ ਨਹੀਂ ਜਾਂਦਾ ਹੁਣ ਤਾਂ ਸਵਰਗ ਬਣ ਗਿਆ ਹੁਣ ਤਾਂ ਪੱਕੀਆਂ ਸੜਕਾਂ ਕਿਤੇ ਰੇਤਾ ਹੀ ਰੇਤਾ ਸੀ ਬਹੁਤ ਇੰਨੀ ਇੰਨੀ ਪਾਨੇ ਬੜੇ ਹੁੰਦੇ ਇੱਧਰ ਵੀ ਪਾਨੇ ਇੱਧਰ ਵੀ ਪਾਨੇ ਵਿੱਚ ਉਹਦੀ ਡੰਡੀ ਹੁੰਦੀ ਹੈ ਕਿਹੜੇ ਸਾਲ 'ਚ ਵਿਆਹ ਹੋਇਆ ਤੁਹਾਡਾ
राह नहीं वेख्या राह नहीं ठीक पिंड नहीं ठीक वेख्या नहीं रेता च पिंड रेता चो लंघ के फतेहगढ़ गड्डिया समाज च दस दिन के उथो पाकिस्तान मुसलमान सोना कटाए फतेहगढ़ पिंड च सोना लैके गए थे समाज साड़ी पैड़ी के पुट्ठे बने दो साड़ी पैड़ी के बीच अच्छा दो चाटियां सोने दिया लै गए फिर होर पुलिस लैके आए नाल अगले रेंदे भी साढ़े घर ही रहे रोटी पानी भी साढ़े को खाते रहे दिन भेस नहीं दिता अच्छा भी अस इस काम आए हैं उठना उन्हें सैर सुना देखते रहे भी इतनी है बी उन्होंने पिछाड़ को नाल उन्हें सीघा लिया होना जो उन्होंने वेख्या भी हैगा दो भांडे कटे एक चांदी रुपया का कटिया तीन लैके गए अच्छा तुहाडे कोल रहिंदे सन तुहानूं कुछ देख के सद्दे नहीं गए अच्छा ना उदों ही पता लगा जदों एडे चाटे कट के गए ये तो गलत किया ना रह गए एक अद्धी टूम तो दे जांदे ओ महाराज तवे रह गए ते रह गए उन्होंने घर में ही अभी पका खवा लालच पीते थोड़े अन्न पवा रखे अच्छा जो तुम बार्डर टपे हो अटारी का फिर अगे कि आए अगे उसे जिस तरह पिछु आए उ आ गए फिर किन्नर गए लोग जिसे कुला मिले बेच बह गए फिर उतु ही किन्नर अभी कि मिले कुला भाई थी साढ़े सा कुलिया कि करो हाँ पहले अभी फतेहाबाद बैठे आके सब तो पहले फतेहाबाद बैठे उतो निकले फिर गुरु जी न्याले आ गए उतो गए तो फिर जो इतों नहीं फिर आए जो गए ने बरनाले आए पास उतो ही आए फिर उ अच्छा पिछों पिंडों बार्डर तक पैदल है गड्डिया से पैदल ही एक गड्डा ही सिर्फ बच्चे वास्ते मैं ठीक हूँ ਜੇ ਬੱਚਿਆਂ ਵਾਸਤੇ ਗੱਡਾ ਸੀ ਸਮਾਨ ਲਿਆਂਦਾ ਨਾਲ ਉੱਥੋਂ ਨਾ ਸਮਾਨ ਕੀ ਲਿਆਉਣਾ ਸਮਾਨ ਤਾਂ ਤੇ ਚੁੱਕ ਰਹੇ ਲੋਕਾਂ ਨੇ ਸੁਣਾ ਪਤਾ ਵੀ ਅਸੀਂ ਉੱਪਰ ਨਿਕਲ ਚੱਲੇ ਹਾਂ ਲੋਕ ਇਹ ਵੀ ਸਮਝਾਉਂਦਾ ਆ ਜਾਣਾ ਅਸੀਂ ਆਪ ਆਪਣੇ ਘਰ ਆ ਜਾਣਾ ਤਾਲੇ ਲੱਗੇ ਮੁੰਡੇ ਹੋਰ ਸਾਡੇ ਕੋਲ ਚੀਜ਼ਾਂ ਬਣੀਆਂ ਜਿਹੜੀਆਂ ਹੋਰ ਬਣੀਆਂ ਪਈਆਂ ਹੁਣ ਇੰਨਾ ਸਮਾਨ ਬਣਾਏਗਾ ਬਹੁਤ ਸਮਾਨ ਸੀ ਕੀ ਕੀ ਸਮਾਨ ਹੁੰਦਾ ਸੀ ਚਿੱਤੇ ਕੁਛ ਹਾਂ ਇੰਨਾ ਕੀ ਚਿੱਤੇ ਹੋਣਾ ਸਾਡੇ ਲੋਕ ਤੋਂ ਬਹੁਤੇ ਤਾਂ ਭੁੱਖੇ ਮਰੇ ਨੇ ਤੇ ਲੈ ਗਏ ਪਾਕਿਸਤਾਨ ਦੇ ਸਾਡੇ ਵੀ ਨੱਪ ਕੇ ਆਏ ਨੇ ਸੋਨਾ ਪਿੱਛੇ ਪਾਕਿਸਤਾਨ ਲੋਕ ਨਹੀਂ ਕੱਪੜੇ ਸੋਨੇ ਦਾ ਜ਼ੋਰ ਦਿੰਦੇ ਨੇ ਤੇ ਉਹ ਉਹਨਾਂ ਨੇ ਜਿਹੜਾ ਸੋਨਾ ਸੀ ਨਾ ਪਾ ਕੇ ਪਲੇਰ ਉਡਾੜ ਕੇ ਤੇ ਅੰਦਰ ਹੀ ਟੋਏ ਕੱਢ ਕੇ ਤੇ ਨਾ ਪਾਏ ਭਾਂਡੇ ਵੀ ਚੁੱਕੇ ਵਿੱਚ ਲੋਕਾਂ ਦੇ ਕਈ ਸੁੱਟ ਪਏ ਸੋਨੇ ਦਾ ਪਤਾ ਵੀ ਨਹੀਂ ਲੱਗੇ ਉਹ ਪਤਾ ਨਹੀਂ ਤੁਸੀਂ ਵੀ ਦੱਬ ਆਏ ਉੱਥੇ ਸਾਰੇ ਲੋਕ ਦੱਬ ਕੇ ਘਰ ਨਾਲ ਮੁੰਡੇ ਉਹ ਨਹੀਂ ਲੈਣ ਗਿਆ ਕੋਈ ਹੁਣ ਕੱਢਣ ਨਹੀਂ ਗਏ ਜਿੰਦੇ ਲਾਏ ਘਰਾਂ ਨੂੰ ਅੱਛਾ ਚਾਬੀਆਂ ਕਿਹਨੇ ਦਿੱਤੀਆਂ ਉਹਦੇ ਮੁਸਲਮਾਨ ਨੇ ਦਿੱਤੀ ਸਨ ਖੁੱਲੇ ਛੱਡ ਰਹੇ ਸਮਾਨ ਵੀ ਛੱਡ ਆਏ ਤੇ ਸੋਨਾ ਦੱਬ ਆਏ ਇਹ ਕਿਉਂ ਦੱਬ ਆਏ ਵੀ ਭਰੋਸਾ ਸੀ ਆ ਜਾਣਾ ਸੀ ਵਾਪਸ ਸਾਰੇ ਲੋਕ ਇਹੋ ਜਾਂਦੇ ਵੀ ਆ ਜਾਣਾ ਇਹ ਥੋੜ੍ਹਾ ਪਤਾ ਸੀ ਵੀ ਹਾਂ ਆਉਣਾ ਹੀ ਨਹੀਂ ਇਹ ਸਭ ਦਾ ਇਹ ਸੀ ਲਾਸਟ ਪਿੱਛੇ ਸੀ ਵੀ ਆ ਜਾਣਾ ਬਹੁਤ ਵੱਡਾ ਪਿੰਡ ਸੀ ਫਤਿਹ ਮੰਗੇ ਤੋਂ ਲਾ ਕੇ ਲਾਹੌਰ ਤੱਕ ਗੱਡੀਆਂ ਦੀ ਲਾਈਨ ਸੀ ਇੱਕ ਇੱਕ ਗੱਡਾ ਲੋਕਾਂ ਲਿਆਂਦਾ ਸੀ ਬੱਚਿਆਂ ਵਾਸਤੇ ਇੰਨੀ ਸੀ ਅੱਧੀ ਮਿਲਟਰੀ ਪਿੱਛੇ ਅੱਧੀ ਅੱਗੇ ਅੱਗੇ ਲੱਗੀ ਸੀ ਹਾਂਜੀ ਫਿਰ ਰਾਜ ਦੁਬਾਰਾ ਮੁਸਲੇ ਪਏ ਇੱਧਰ ਜਿਹੜੇ ਸੀ ਲੜਾ ਕੇ ਕਿੱਧਰ ਦੇ ਜਿਹੜੇ ਲੜਾਈ ਕਰਦੇ ਸੀ ਅਤੇ ਜਿਹੜੇ ਸਾਡੇ ਪਿੰਡ ਦੇ ਸੀ ਉਹ ਸਾਨੂੰ ਲਾਹੌਰ ਤੱਕ ਛੱਡ ਕੇ ਗਏ ਉਹ ਨਾਲ ਰਹੇ ਉਹ ਵੀ ਅੱਧੇ ਅੱਗੇ ਸੀ ਅਤੇ ਅੱਧੇ ਪਿੱਛੇ ਸਾਡੇ ਨਾਲ ਉਹਨਾਂ ਬਹੁਤ ਸਾਡੀ ਸੇਵਾ ਕਰ ਕੀਤੀ ਨਾਲ ਤੁਹਾਨੂੰ ਛੱਡ ਕੇ ਫਿਰ ਮਿਲੇ ਤੁਹਾਨੂੰ ਪਰਿਵਾਰਾਂ ਨੂੰ ਮੁੜ ਕੇ ਨਹੀਂ ਮਿਲੇ ਅਸੀਂ ਕਿੱਥੇ ਜਾਣੇ ਨਹੀਂ ਉਦੋਂ ਤਾਂ ਮਿਲੇ ਨਾ ਵੀ ਫਿਰ ਮਿਲਾਂਗੇ ਗਏ ਸਾਰੇ ਉਦੋਂ ਤਾਂ ਫਿਰ
ਉਹਨਾਂ ਨੇ ਇਹ ਨਾ ਵਾਪਸ ਆ ਜਾਣਾ, ਉਹਨਾਂ ਨੇ ਵੀ ਇਹ ਵੀ ਵਾਪਸ ਆ ਜਾਣਾ, ਵਿਚਾਰ ਦੇ ਰੋਲਾ ਪੈਣਾ ਵਾਪਸ ਆ ਜਾਣਾ, ਇਹ ਥੋੜ੍ਹਾ ਪਤਾ ਵੀ। ਮੁੜ ਕੇ ਤੁਹਾਡੇ ਪੇਕੇ ਕਦੀ ਗਏ ਪਾਕਿਸਤਾਨ? ਨਾ ਨਹੀਂ ਗਏ। ਸੋਨਾ ਲੈਣ ਛੱਡਤਾ ਉੱਥੇ ਹੀ? ਹਾਂ ਜਾਣਾ ਲੈਣ ਅਸੀਂ, ਹੁਣ ਚੱਲੀਏ ਫਿਰ ਬਣਾਓ ਵੀ ਪਾਸਪੋਰਟ ਬਣਿਆ। ਤੁਹਾਨੂੰ ਨੀ ਪਤਾ ਕਿੱਥੇ ਦੱਬਿਆ? ਅਸੀਂ ਇੰਨੇ ਨਾ ਸਾਨੂੰ ਕੋਈ ਬੱਚਿਆਂ ਨੂੰ ਪਤਾ ਕਿੱਥੇ ਤੁਹਾਡਾ ਘਰ ਕਿੱਥੇ ਹੁੰਦਾ ਸੀ? ਇੰਨਾ ਨੀ ਚੇਤਾ, ਨਹੀਂ ਚੇਤਾ, ਇੰਨਾ ਨੀ ਚੇਤਾ। ਬਚਪਨ 'ਚ ਕਿਹੜੀ ਕਿਹੜੀ ਖੇਡਾਂ ਖੇਡਦੇ ਹੁੰਦੇ ਸੀ? ਬੱਚਿਆਂ ਨੇ ਫਿਰ ਨਾ ਫਿਕਰ ਖੇਡਦੇ, ਲੁਕਣ ਮਚਾਈ ਖੇਡਦੇ, ਹੋਰ ਕੀ ਖੇਡਣਾ। ਕੋਈ ਜਿਹੜੇ ਹਾਣੀ ਸਨ ਬੱਚੇ, ਕੁੜੀਆਂ ਸਨ ਹਾਣੀ, ਉਹ ਨਾ ਚੇਤੇ ਨੇ? ਨਹੀਂ ਚੇਤੇ, ਇੰਨਾ ਚੇਤਾ ਨਹੀਂ। ਤੇ ਜਦੋਂ ਪਾਣੀ ਲੈਣ ਜਾਂਦੇ ਸਨ ਖੂਹ ਦਾ, ਸੰਭਾਲ ਆ ਵੀ ਖੂਹ ਕਿਸ ਪਾਸੇ ਸੀ? ਪਾਣੀ ਲੈਣ ਪਾਣੀ ਆਪਣੇ ਪਾਉਂਦਾ ਸੀ, ਪਾਣੀ ਝੂਰ ਛੱਡ ਦਿੰਦਾ, ਨਾ ਝੀਲ ਹੁੰਦੇ ਨਾ ਪਿੰਡ, ਉਹ ਛੱਡ ਜਾਂਦਾ ਸੀ ਪਾਣੀ ਲੈਣ। ਪੰਜ ਪੰਜ ਸੱਤ ਘੜੇ ਇਹਨੇ ਫੇਰ ਦੇ ਜਾਣੇ, ਪੰਜ ਸੱਤ ਰੱਖ ਲਏ। ਤੁਹਾਡੀ ਪੈੜੀ ਕਿਸ ਪਾਸੇ ਸੀ ਪਿੰਡ ਦੇ? ਛੱਡ ਦੇ ਪਾਸੇ ਖੂਹ ਸੀ, ਉੱਥੇ ਨਹਿਰ ਦਾ ਵੀ ਲੱਗਦਾ ਖੂਹ ਦਾ ਵੀ। ਖੂਹ ਦਾ ਨਾਂ ਰੱਖਿਆ ਸੀ? ਮੈਨੂੰ ਨਹੀਂ ਪਤਾ। ਖੂਹ ਸੀ, ਕਿੰਨੀ ਕੁ ਪੈਲੀ ਸੀ? ਇੰਨਾ ਨਹੀਂ ਮੈਨੂੰ ਪਤਾ ਕਿੰਨੀ ਕਿੰਨੀ ਚੋਰ ਮਾਰ ਮੈਨੂੰ ਬੱਚੇ, ਹੁਣ ਤਾਂ ਚੁਸਤ ਨੇ ਬੱਚੇ, ਉਦੋਂ ਬੱਚੇ ਵੀ ਇਹੋ ਜਿਹੇ ਹੁੰਦੇ ਆ। ਚੌਥੀ ਪੈਲੀ ਸੀ ਆਈ ਨਹੀਂ ਇੱਧਰ? ਕੁਛ ਨਹੀਂ ਆਇਆ। ਉਹ ਕਿਉਂ ਨਹੀਂ ਆਈ? ਚੱਲ ਨਹੀਂ ਆਈ ਚੰਗਾ, ਆ ਕੇ ਮੁੜ ਕੇ ਪਛਤਾਣਾ ਸੀ। ਸਾਡੀ ਆਈ ਦੇਖ ਉਹ ਵੀ ਖੁਸ਼ ਹੀ ਗਈ, ਸਾਡੇ ਕੋਲ ਕੀ ਰਿਹਾ ਸਹੁਰਿਆਂ ਦੀ, ਉਹ ਵੀ ਖੁਸ਼ ਗਈ। ਨਹੀਂ ਆਈ ਨਾ ਆਵੇ, ਰੋਟੀ ਖਾਣੀ ਦਾ ਭਗਵਾਨ ਦੇ ਹੀ ਜਾਂਦਾ। ਹੋਰ ਕੋਈ ਯਾਦ ਉਸ ਸਮੇਂ ਦੀ? ਉਸ ਸਮੇਂ ਘੋੜੀਆਂ ਕਾਹਦੀਆਂ ਸਿੱਖੀਆਂ ਹਨ? ਘੋੜੀਆਂ ਤਾਂ ਬਹੁਤ ਹੁੰਦੀਆਂ ਸੀ। ਹਾਂ ਉਦੋਂ ਤਾਂ ਬਰਾਤਾਂ ਘੋੜੀਆਂ ਤੇ ਆਉਂਦੀਆਂ ਹਨ। ਨਹੀਂ ਘੋੜੀ ਗਾਉਂਦੇ ਹਨ ਵਿਆਹ ਗੀਤ ਸ਼ਾਦੀ 'ਚ? ਉਹ ਤਾਂ ਗਾਉਂਦੀਆਂ ਹੋਣਗੀਆਂ, ਉਹ ਅਸੀਂ ਕਹਿਣਾ ਇੱਦਾਂ ਮੈਂ ਵੀ ਜਿਹੜਾ ਉੱਦਾਂ ਹੁਣ ਤਾਂ ਬੱਸਾਂ ਚੜ੍ਹਦੀਆਂ ਕੁਛ ਚੱਲਦੀਆਂ, ਉਹ ਤਾਂ ਘੋੜੀਆਂ ਨਹੀਂ ਸਮਝ ਪਤਾ। ਘੋੜੀਆਂ ਗੀਤ ਗਾਉਂਦੇ ਸੀ ਵਿਆਹ ਵਿਆਹ 'ਚ? ਗੀਤ ਗਾਉਂਦੇ ਨੇ, ਘੋੜੀਆਂ ਗਾਉਂਦੇ ਨੇ, ਹੁਣ ਵੀ ਗਾਉਂਦੀਆਂ ਨੇ। ਤੁਹਾਨੂੰ ਆਉਂਦਾ ਸੀ ਕੋਈ? ਤੁਹਾਡੇ ਸਹੁਰੇ ਕਿੱਥੋਂ ਉੱਠ ਕੇ ਆਏ ਉੱਥੋਂ? ਨੂਰਪੁਰ। ਇਹ ਕਿੱਥੇ ਕੁ ਪੈਂਦਾ ਸੀ ਨੂਰਪੁਰ? ਡਸਕਾ ਜਿਹੜਾ ਸਿਆਲਕੋਟ? ਸਿਆਲਕੋਟ। ਉਹ ਸਹੀ ਸਲਾਮਤ ਆ ਗਏ ਸਾਰੇ? ਹਾਂਜੀ ਉਹ ਸਹੀ ਸਲਾਮਤ ਆ ਗਏ ਸਾਰੇ, ਸਾਰੇ ਸਹੀ ਸਲਾਮਤ ਆ ਗਏ। ਉਹਨੇ ਤਾਂ ਆਪਣਾ ਆਪੇ ਪੱਠਾ ਪਾਇਆ, ਭਈ ਮੁਸਲੇ ਪੈ ਗਏ, ਮੁਸਲੇ ਪੈ ਗਏ, ਮੁਸਲੇ ਪੈ ਗਏ। ਉਹ ਕਹਿੰਦਾ ਮੈਂ ਕਿਸੇ ਜੱਟਾਂ ਨੂੰ ਉਹਨਾਂ ਨੂੰ ਮੈਂ ਖੋ ਕੇ ਲਿਜਾਉਂਦੇ, ਕੁੜੀਆਂ ਖੋ ਕੇ ਲਿਜਾਉਣ ਲੱਗ ਪਏ ਹਨ, ਮੁਸਲੇ ਜਿਹੜੇ ਸੀ ਨਾ ਕੁੜੀਆਂ ਖੋ ਕੇ ਲਿਜਾਉਣ ਲੱਗ ਪਏ ਹਨ। ਜਦੋਂ ਉਹਨਾਂ ਨੇ ਖੋਈਆਂ, ਹੋਰਨਾਂ ਦੀਆਂ ਖੋਈਆਂ ਵੀ ਕਈਆਂ ਦੀਆਂ, ਫਿਰ ਜਿਹੜੇ ਇੱਧਰੋਂ ਮੁਸਲਮਾਨ ਗਏ ਇਹਨਾਂ ਨੇ ਉਹਨਾਂ ਦੀਆਂ ਰੱਖ ਲਈਆਂ। ਸਾਡੇ ਨਾਨਕਿਆਂ ਦੇ ਮੈਂ ਚਾਰ ਕੁੜੀਆਂ ਸੀ ਜਿਹੜੀਆਂ ਇਹਨਾਂ ਡੱਕ ਲਈਆਂ ਮੁਸਲਮਾਨਾਂ ਦੀਆਂ ਸੋਹਣੀਆਂ। ਉਹਨੂੰ ਇਹ ਪੁਲਿਸ ਆ ਜਾਏ ਕਰੇ, ਛੋਟੇ ਛੋਟੇ ਪੁਲਿਸ ਆ ਜਾਏ, ਮੇਰੀ ਨਾਨੀ ਜਾਣ ਨਾ ਤਾਂ ਮੁੜ ਕੇ ਜਦੋਂ ਪਾਕਿਸਤਾਨ ਦੇ ਸਾਰੇ ਚਲੇ ਗਏ, ਕਹਿੰਦੀ ਕੁੜੀ ਰਹਿੰਦੇ ਮੈਂ ਕਰ ਲੈਣੀ, ਅਤੇ ਉਹ ਪੁਲਿਸ ਆ ਗਏ ਅਤੇ ਅਸੀਂ ਕਹਿੰਦੇ ਨਾਨਾ ਪੁਲਿਸ ਆਏ, ਕਹਿੰਦਾ ਚੁੱਪ ਕਰ ਉਹ ਇਹ ਤਾਂ ਇਹਨਾਂ ਨਾਨਾ ਪੁਲਿਸ ਕਾਹ ਤੋਂ ਆਉਂਦੀ, ਕਹਿੰਦਾ ਪੁੱਤਰ ਉਹਨਾਂ ਦੀਆਂ ਕੁੜੀਆਂ ਲੈਣ ਆਉਂਦੀ, ਮੁਸਲਮਾਨਾਂ ਦੀਆਂ ਕੁੜੀਆਂ ਰੱਖੀਆਂ ਜੱਟਾਂ ਨੇ। ਜੱਟਾਂ ਰੱਖੀਆਂ ਸਨ? ਕਿਹੜੇ ਪਿੰਡ? ਉਸਮਾਨ। ਕਿਹੜਾ ਪਿੰਡ? ਕਿਹੜਾ ਪਿੰਡ? ਉਸਮਾਨ ਪਿੰਡ ਤੁਹਾਨੂੰ ਦੱਸਿਆ, ਤਰਨ ਤਰਨ ਕੋਲ ਉਸਮਾਨ। ਹਾਂਜੀ ਅਤੇ ਉਹ ਨਾ ਮੁੜ ਕੇ ਭਾਈ ਉਹਨਾਂ ਨਹੀਂ ਦਿੱਤੀਆਂ, ਉਹ ਗਈਆਂ ਹੀ ਨਹੀਂ ਫਿਰ ਉਹ। ਹਾਂ ਉਹਨਾਂ ਨੂੰ ਲੈ ਮੁਸਲਮਾਨ ਦਾ ਘਰ ਫਿਰ ਕਸ਼ਾਮ ਤੇ ਇੱਥੇ ਉਹਨਾਂ ਨੂੰ ਆਪੇ ਖਾਣਾ ਆਪੇ ਪੀਣਾ, ਉਹ ਲੱਭੀਆਂ ਨੀ, ਦਸ ਚੱਕਰ ਮਾਰੇ ਉਹਨਾਂ ਪੁਲਿਸ ਵਾਲਿਆਂ ਨੇ, ਉਹ ਨੀ ਹੈ, ਨਹੀਂ ਗਈਆਂ ਪਾਕਿਸਤਾਨ, ਜੱਟਾਂ ਕੋਲ ਰਹਿ ਗਈਆਂ। ਅੱਛਾ ਕੀ ਦੱਸਦੇ ਤੁਹਾਡੇ ਜਿਹੜੇ ਸਹੁਰਿਆਂ ਦੇ ਪਿੰਡ ਸੀ,
ਉੱਥੇ ਵੀ ਕੁਛ ਨੁਕਸਾਨ ਹੋਇਆ, ਕੁੜੀਆਂ ਮਾਰੀਆਂ ਗਈਆਂ? ਇਹੋ ਹੀ ਕੁੜੀਆਂ ਮਾਰੀਆਂ ਸੀ ਜਿਹੜੀਆਂ ਤੁਹਾਨੂੰ ਦੱਸਿਆ। ਉਹ ਚੱਜ ਦਾ ਨਾਮ ਭੁੱਲ ਗਿਆ ਮੈਨੂੰ, ਉਹਨੇ ਆਪਣੀਆਂ ਚਾਰ ਕੁੜੀਆਂ ਮਾਰੀ ਦੀਆਂ। ਉਹ ਕੁੜੀਆਂ ਕੌਣ ਲੱਗ ਪਏ? ਕਹਿੰਦਾ ਵੀ ਮੈਂ ਵੀ ਮੁਸਲਮਾਨਾਂ ਨੂੰ ਆਪਣੀਆਂ ਕੁੜੀਆਂ ਨੂੰ ਜਾਣ ਦੇਣੀਆਂ, ਮੈਂ ਹੱਥੀ ਮਾਰ ਲੈਣੀ। ਹੱਥੀ ਵੜ ਦਿੱਤੀਆਂ, ਫਿਰ ਜਨਾਨੀ ਵੀ ਨਾਲ ਵੜ ਦਿੱਤੀ, ਆਪਣੀ ਜਨਾਨੀ ਵੱਢ ਆਇਆ। ਮੁੜ ਕੇ ਇੱਧਰ ਰਹਿ ਮੁੜ ਕੇ ਬੰਦਾ ਚਦਾਈ ਹੋ ਵੀ ਮੈਂ ਕੀ ਲੈਣਾ ਆ। ਠੀਕ ਹੈ, ਜਦੋਂ ਬਾਲ ਬੱਚੇ ਤੁਰ ਗਿਆ ਤਾਂ ਮੈਂ ਕੀ ਲੈਣਾ ਆ। ਅੱਛਾ, ਇੱਧਰ ਆ ਕੇ ਸਦਾਈ ਹੋ ਗਿਆ ਸੀ। ਬਹੁਤ ਮੁਸੀਬਤਾਂ ਲੋਕਾਂ ਦੇਖੀਆਂ, ਮੁਸੀਬਤਾਂ ਦੇਖੀਆਂ। ਮੈਂ ਜਿੱਦਾਂ ਤਰਲੇ ਕਰਕੇ ਆਈ ਪਾਕਿਸਤਾਨ, ਹੱਥ ਟੱਪੀ ਹਿੰਦੁਸਤਾਨ ਦੀ ਸ਼ੁਕਰ ਕੀਤਾ, ਪਾਣੀ ਦਾ ਘੁੱਟ ਨਹੀਂ ਮਿਲਦਾ। ਨਹਿਰ ਦੇ ਵਿੱਚ ਨੇਰਾ ਖੂਨ, ਪਾਣੀ ਜਾਂ ਲਾਸ਼ਾ ਭਰਿਆ ਪਿਆ ਖੂਹ, ਜਿਹੜੇ ਖੂਹ ਰਾਜ ਪੈਰ ਪੈਰ 'ਤੇ ਹੀ, ਕਿਸੇ ਪਾਸੇ ਜਾਓ ਕਿਤੇ ਪਾਣੀ ਨਾ ਜੁੜੇ। ਹੁਣ ਨਿਆਣੇ ਤੜਕਣ, ਉਹ ਬੰਦੇ ਵਿਚਾਰੇ ਬਥੇਰਾ ਭੱਜਣ ਲੈ ਕੇ ਭਾਂਡੇ, ਵੀ ਚਲੋ ਕੋਈ ਪਾਣੀ ਘੁੱਟ ਮਿਲ ਗਿਆ। ਬਹੁਤ ਬੁਰਾ ਸੀ, ਜਦੋਂ ਚੇਤਾ ਆਉਂਦਾ ਲੋਕ ਇੱਧਰ ਆ ਕੇ ਮੇਰੇ ਛੋਲਿਆਂ ਦੀਆਂ ਰੋਟੀਆਂ ਅਤੇ ਛੋਲੇ ਨਾਲ ਖਾਣੇ, ਜਿਹੜੇ ਪਾਕਿਸਤਾਨ ਵਾਲਿਆਂ ਨੇ ਇੱਧਰ ਨਿਕਲੇ ਅਤੇ ਇੱਥੇ ਸਾਨੂੰ ਰਾਸ਼ਨ ਦਿੰਦੇ ਰਹੇ ਥੋੜ੍ਹਾ ਚਿਰ, ਕਣਕ ਦਾ ਨਾਮ ਹੀ ਨਹੀਂ ਵਿਖਾਉਂਦੇ, ਅਸੀਂ ਖਾ ਲਈ ਨਾ। ਅਸੀਂ ਆਖਣਾ ਸਾਡੇ ਕੋਲ ਨਕਦੀ, ਫਿਰ ਮੈਨੇ ਆਖਣਾ ਪੁੱਤਰੇ ਦਿਖਾਣੀ ਪੈਣੀ। ਜਦੋਂ ਪੱਟੀ ਵਾਲਾ ਹੱਦ ਪਾਰ ਕੀਤੀ ਤਾਂ ਲਾਗੇ ਜਾਣਾ, ਫਿਰ ਮੇਰੇ ਨਾਨਕੇ ਥੋੜ੍ਹੀ ਸੱਤ ਅੱਠ ਮਿੰਟ ਤੀ, ਫਿਰ ਮਾਮੇ ਮੇਰੇ ਜਾ ਕੇ ਲੈ ਸਾਨੂੰ ਤਾਂ ਲੈ ਆਇਆ। ਉਹ ਸਾਡੇ ਦੂਜੇ ਵੀ ਜੀ ਆਏ ਪਰ ਇਹ ਫਿਰ ਛੇਤੀ ਚਲੇ ਗਏ, ਫਿਰ ਸਾਨੂੰ ਜਾਣ ਦਿੱਤਾ ਨਹੀਂ। ਆਹ ਕੁੜੀ ਰਹਿਣ ਦੇ, ਕੁੜੀ ਦੀ ਮੈਂ ਜਾਣੀ। ਅੱਛਾ, ਇੱਧਰ ਆ ਕੇ ਜ਼ਮੀਨ ਫਿਰ ਤੁਹਾਡੀ ਆਈ, ਫਿਰ ਕੀ ਕੰਮ ਕਰਦੇ ਰਹੇ ਤੁਹਾਡੇ ਪੇਕੇ? ਫਿਰ ਫਿਰ ਕੀ ਕਰਨਾ, ਮਿਹਨਤ ਵੀ ਹੋਈ ਲੋਕਾਂ ਦੀ ਪੈਲੀ ਵਾਹੀ, ਫਿਰ ਲੋਕਾਂ ਦੀਆਂ ਬਣਦੇ ਰਹੇ। ਫਿਰ ਆਪਣਾ ਪਹਿਲੋਂ ਆ ਕੇ ਗੱਡੇ ਚਲਾਉਂਦੇ ਰਹੇ ਪਹਾੜੇ 'ਤੇ, ਸ਼ਹਿਰ ਹੈਗੇ ਗੁਰੂ ਦੇ ਜਿੰਨੇ ਵਾਲੇ, ਉੱਥੋਂ ਲੱਦਣਾ ਅਤੇ ਉੱਥੇ ਲਿਜਾਣਾ, ਤਰਨ 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 ਉਹਨਾਂ ਦੁਕਾਨਾਂ ਦਾ ਸੌਦਾ ਲਿਆਉਣਾ ਅਤੇ ਉਹ ਲੱਦ ਲਿਆਉਣਾ। ਹੋਰ ਵੀ ਕਰਨਾ, ਮੰਮੀ ਨੇ ਤਾਂ ਸਾਨੂੰ ਪਤਾ ਵੀ, ਅਸੀਂ ਸ਼ਕਲ ਵੀ ਨਹੀਂ ਵੇਖੀ ਜਦੋਂ ਦੀ ਮਰ ਗਈ। ਇੰਨੀ ਕੁ ਸਾਨੂੰ ਤਿੰਨਾਂ ਸਾਲਾਂ ਦਾ, ਡੇਢ ਸਾਲ ਦਾ ਭਰਾ ਮੇਰਾ ਸੀ, ਆਏ ਉਹ ਸੌਖੇ ਤਾਂ ਨਹੀਂ ਪੜੇ ਹੋਏ, ਧੱਕੇ ਬੜੇ ਖਾਧੇ ਨੇ। ਉਹ ਚੇਤਾ ਆਵੇ ਤਾਂ ਫਿਰ ਤਾਂ ਭਾਵੇਂ ਜਿੰਨੇ ਮਰਜ਼ੀ ਵੀ ਚਾਚੇ ਤਾਏ ਨੇ, ਫਿਰ ਵੀ ਹੁਣ ਨਾਲ ਤਾਂ ਚਲੋ ਉਦੋਂ ਫਰਕ ਸੀ, ਫਿਰ ਵੀ ਅਗਲੇ ਪਾਲਿਆ ਹੀ ਇਹ ਕੀਤਾ ਹੀ ਇਹ, ਪਰ ਜੋ ਮਾਂ ਪਿਓ ਦਾ ਪਿਆਰ ਉਹ ਨਹੀਂ ਵੇਖਿਆ ਸੀ। ਚਲੋ, ਹੋਰ ਕੁਛ ਚੇਤੇ ਹੈ? ਚੰਗਾ, ਸਤਿ ਸ਼੍ਰੀ ਅਕਾਲ।